ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਗੱਲ ਤੁਰਦੀ ਹੈ ਜਾਂ ਕਿਸੇ ਸੂਬੇ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਉੱਤੇ ਪ੍ਰਸ਼ਨ ਚਿੰਨ੍ਹ ਲੱਗਦੇ ਨੇ ਤਾਂ ਸਭ ਤੋਂ ਪਹਿਲਾਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਦੇਖਿਆ ਜਾਂਦਾ ਹੈ। ਜਦੋਂ ਕਿਤੇ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੌਕੇ ਵੀ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚੋਂ VIP ਡਿਊਟੀ ਦੀ ਗੱਲ ਚੱਲਦੀ ਹੈ। ਕਿਸੇ ਅਪਰਾਧੀ ਨੂੰ ਫੜਨ ਲੱਗਿਆਂ ਗਲਤ ਕਾਰਵਾਈ ਹੋ ਜਾਵੇ ਜਾਂ ਗਲਤ ਥਾਂ 'ਤੇ ਗੋਲੀ ਲੱਗ ਜਾਵੇ ਤਾਂ ਪੁਲਿਸ ਮਹਿਕਮਾ ਕਠਹਿਰੇ ਦੇ ਵਿੱਚ ਖੜ ਜਾਂਦਾ ਹੈ। ਇਸ ਤੋਂ ਇਲਾਵਾ ਉਸ ਸਮੇਂ ਮੀਡੀਆ ਵੀ ਪੁਲਿਸ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਜਦੋਂ ਮੁਜਰਿਮ ਅਦਾਲਤ ਵਿੱਚ ਵੀ ਚਲੇ ਜਾਂਦੇ ਨੇ ਤਾਂ ਉਹ ਇਸ ਗੱਲ ਕਰਕੇ ਬਰੀ ਹੋ ਜਾਂਦੇ ਨੇ ਕਿ ਅਦਾਲਤ ਵੀ ਇਹੀ ਕਹਿੰਦੀ ਹੈ ਕਿ ਪੁਲਿਸ ਦੀ ਗਲਤ ਕਾਰਵਾਈ ਹੋਈ ਹੈ। ਪਰ ਦੋਸਤੋ, ਤੁਹਾਨੂੰ ਪਤਾ ਹੈ ਕਿ ਜਿਹੜਾ ਪੁਲਿਸ ਮਹਿਕਮਾ ਸਭ ਤੋਂ ਤਣਾਅਪੂਰਨ ਮਹਿਕਮਾ ਹੈ। ਇਸ ਮਹਿਕਮੇ ਦੇ ਵਿੱਚ ਜਿਹੜਾ ਕੋਈ ਭਰਤੀ ਹੁੰਦਾ, ਚਾਹੇ ਉਹ ਅਧਿਕਾਰੀ ਹੈ ਚਾਹੇ ਉਹ ਕਰਮਚਾਰੀ ਹੈ, ਉਸ ਨੂੰ 24-24 ਘੰਟੇ ਡਿਊਟੀ ਦੇਣੀ ਪੈਂਦੀ ਹੈ। ਆਮ ਮੁਲਾਜ਼ਮ ਦੀ ਡਿਊਟੀ 8 ਘੰਟੇ ਦੀ ਹੁੰਦੀ ਹੈ, ਪਰ ਉਹਨਾਂ ਦੇ ਉੱਤੇ ਇਹ ਬੰਦਿਸ਼ ਰਹਿੰਦੀ ਹੈ ਕਿ ਕਦੇ ਵੀ ਉਹਨਾਂ ਨੂੰ ਡਿਊਟੀ ਦੇ ਉੱਤੇ ਬੁਲਾਇਆ ਜਾ ਸਕਦਾ ਹੈ। ਤੁਸੀਂ ਦੇਖਦੇ ਹੋਵੋਗੇ ਕਿ ਕੋਈ VIP ਸੜਕ ਦੇ ਉੱਤੇ ਲੰਘ ਰਿਹਾ ਹੈ, ਲੰਘਣ ਤੋਂ ਪਹਿਲਾਂ 2-2 ਘੰਟੇ ਪਹਿਲਾਂ ਪੁਲਿਸ ਵਾਲੇ ਉੱਥੇ ਤਾਇਨਾਤ ਹੋ ਜਾਂਦੇ ਨੇ। ਕੋਈ ਵੀ ਵੱਡਾ ਸਮਾਗਮ ਹੁੰਦਾ ਤਾਂ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਪੁਲਿਸ ਨੇ ਹੀ ਚੋਰਾਂ ਨੂੰ ਫੜਨਾ, ਡਕੈਤਾਂ ਨੂੰ ਫੜਨਾ, ਤਸਕਰਾਂ ਨੂੰ ਫੜਨਾ, ਹੋਰ ਵੀ ਸਾਰੀ ਜ਼ਿੰਮੇਵਾਰੀ ਇਹਨਾਂ ਪੁਲਿਸ ਵਾਲਿਆਂ ਦੀ ਹੁੰਦੀ ਹੈ। ਇਸ ਗੱਲ ਕਰਕੇ ਪੁਲਿਸ ਵਾਲਿਆਂ ਨੂੰ ਸਿਖਾਇਆ ਵੀ ਇਹੀ ਕੁਛ ਜਾਂਦਾ ਹੈ, ਪਰ ਇਹਨਾਂ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਅਜਿਹੇ ਸਟ੍ਰੈਸ ਨੂੰ ਸਹਿਣ ਕਰ ਜਾਂਦੇ ਨੇ, ਕੁਛ ਨਹੀਂ ਵੀ ਕਰ ਪਾਉਂਦੇ ਹੈਗੇ। ਪਿਛਲੇ ਦਿਨੀਂ SP ਰੈਂਕ ਦੇ ਇੱਕ ਪੁਲਿਸ ਅਧਿਕਾਰੀ ਨੂੰ ਜਦੋਂ ਬਠਿੰਡਾ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਤਾਂ ਉਹਨਾਂ ਨੇ VRS ਲੈਣ ਦਾ ਫੈਸਲਾ ਕੀਤਾ। ਅਤੇ ਇਸ ਸੰਬੰਧ ਵਿੱਚ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਗਸਤ 2024 ਤੱਕ ਤਕਰੀਬਨ 315 ਪੁਲਿਸ ਅਧਿਕਾਰੀਆਂ ਨੇ ਜਿਹੜੇ ਕਿ ਇੰਸਪੈਕਟਰ ਲੈਵਲ ਦੇ ਹੈਗੇ ਹੈ ਜਾਂ ਉਹਨਾਂ ਤੋਂ ਘੱਟ ਰੈਂਕ ਦੇ ਹੈ, ਉਹਨਾਂ ਨੇ VRS ਲਈ ਹੈ। VRS ਕੀ ਹੈ? ਵਲੰਟੀਅਰ ਰਿਟਾਇਰਮੈਂਟ ਸਕੀਮ ਦੇ ਤਹਿਤ ਜਿਹੜਾ ਵੀ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਹੋਰ ਵੀ ਪੰਜਾਬ ਦੇ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਕਰਦਾ ਹੋਵੇ, ਜੇਕਰ ਉਹ 20 ਸਾਲ ਤੱਕ ਕੰਮਕਾਰ ਕਰਦਾ ਹੈ ਤਾਂ ਉਹ ਇਸ ਸਕੀਮ ਦਾ ਲਾਹਾ ਲੈ ਸਕਦਾ ਹੈ। ਅਤੇ ਪੁਲਿਸ ਵਾਲੇ ਇਸ ਸਮੇਂ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਸਕੀਮ ਦਾ ਫਾਇਦਾ ਲੈ ਰਹੇ ਨੇ ਅਤੇ ਇਹਨਾਂ ਨੂੰ ਰਿਟਾਇਰ ਕੀਤਾ ਜਾ ਰਿਹਾ ਹੈ। ਇੱਕ ਫਿਗਰ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੇ ਇਹਨਾਂ ਮੁਲਾਜ਼ਮਾਂ ਨੇ ਰਿਟਾਇਰਮੈਂਟ ਲਈ ਹੈ ਉਹਨਾਂ ਦੇ ਵਿੱਚ 65 ਇੰਸਪੈਕਟਰ, 130 ਸਬ ਇੰਸਪੈਕਟਰ ਅਤੇ 120 ਸਹਾਇਕ ਸਬ ਇੰਸਪੈਕਟਰ ਨੇ। ਅਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਅੰਮ੍ਰਿਤਸਰ ਤੋਂ 20, ਬਟਾਲਾ ਪੁਲਿਸ ਜ਼ਿਲ੍ਹੇ ਤੋਂ 17 ਅਤੇ
ਜਲੰਧਰ ਸੀਪੀ ਤੋਂ 15, ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ 13 ਪੁਲਿਸ ਮੁਲਾਜ਼ਮ ਨੇ। ਇਹਨਾਂ ਵਿੱਚੋਂ ਇਹ ਹੈ ਕਿ ਗਜ਼ਟਡ ਆਫਿਸਰ ਨਹੀਂ ਹੈਗੇ। ਗਜ਼ਟਡ ਆਫਿਸਰ ਦੇ ਵਿੱਚੋਂ ਸਿਰਫ ਇੱਕ DSP ਰੈਂਕ ਦੇ ਅਧਿਕਾਰੀ ਨੇ ਇਹ VRS ਲਈ ਹੈ। ਅਜਿਹਾ ਕੀ ਹੈ? ਇਸ ਰਿਪੋਰਟ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਮੁਲਾਜ਼ਮ ਇਹ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਸਟ੍ਰੈੱਸ ਰਹਿੰਦਾ ਹੈ ਕਿ ਪਹਿਲਾਂ ਤਾਂ ਉਹ ਉਹਨਾਂ ਉੱਤੇ 24-24 ਘੰਟੇ ਕੰਮ ਕਰਨ ਦਾ ਸਟ੍ਰੈੱਸ ਰਹਿੰਦਾ ਹੈ, ਫਿਰ ਅਦਾਲਤਾਂ ਦੇ ਗੇੜੇ ਲਾਉਣੇ ਪੈਂਦੇ ਹੈ ਅਤੇ ਬਹੁਤ ਹੀ ਔਖੇ ਤਰੀਕੇ ਦੇ ਨਾਲ ਉਹ ਜਿਹੜੇ ਹੈ ਅਪਰਾਧੀਆਂ ਨੂੰ ਫੜਦੇ ਨੇ, ਤਸਕਰਾਂ ਨੂੰ ਫੜਦੇ ਨੇ, ਡਕੈਤਾਂ ਨੂੰ ਫੜਦੇ ਨੇ, ਚੋਰਾਂ ਨੂੰ ਫੜਦੇ ਨੇ। ਪਰ ਇਸ ਸੰਬੰਧ ਵਿੱਚ ਅੱਜ ਕੱਲ੍ਹ ਮੀਡੀਆ ਵੀ ਉਹਨਾਂ ਉੱਤੇ ਬੜੀ ਨਿਗ੍ਹਾ ਰੱਖਦਾ ਅਤੇ ਛੋਟੀ ਛੋਟੀ ਖਾਮੀਆਂ ਨੂੰ ਵੱਡਾ ਵੱਡਾ ਕਰਕੇ ਦੱਸਦਾ ਅਤੇ ਇਸ ਗੱਲ ਕਰਕੇ ਇਹਨਾਂ ਗੱਲਾਂ ਕਰਕੇ ਪੁਲਿਸ ਉੱਤੇ ਬਹੁਤ ਸਟ੍ਰੈੱਸ ਹੁੰਦਾ ਅਤੇ ਉਸ ਤੋਂ ਬਾਅਦ ਜਦੋਂ ਅਦਾਲਤਾਂ ਦੇ ਵਿੱਚ ਕੇਸ ਚਲੇ ਜਾਂਦੇ ਨੇ ਅਤੇ ਅਦਾਲਤਾਂ ਵਿੱਚ ਜਾ ਕੇ ਵੀ ਅਦਾਲਤਾਂ ਦੁਆਰਾ ਉਹਨਾਂ ਨੂੰ ਛੋਟੀ ਛੋਟੀਆਂ ਖਾਮੀਆਂ ਜਾਂ ਸਬੂਤਾਂ ਦੀ ਕਮੀ ਕਾਰਨ ਰਿਹਾ ਕਰ ਦਿੱਤਾ ਜਾਂਦਾ ਜਾਂ ਦੋਸ਼ ਮੁਕਤ ਕਰ ਦਿੱਤਾ ਜਾਂਦਾ ਅਤੇ ਪੁਲਿਸ ਦੀ ਸਾਰੀ ਹੀ ਕੀਤੀ ਕਰਾਈ ਮਿੱਟੀ 'ਚ ਪੈ ਜਾਂਦੀ ਹੈ। ਅਤੇ ਇਸ ਗੱਲ ਕਰਕੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਅੱਜ ਕੱਲ੍ਹ ਇਹ ਚਾਹੁੰਦੇ ਨੇ ਕਿ ਅਸੀਂ ਸ਼ਾਂਤਮਈ ਜ਼ਿੰਦਗੀ ਬਤੀਤ ਕਰੀਏ। ਇਸ ਤੋਂ ਇਲਾਵਾ ਬਹੁਤ ਸਾਰੇ ਇਹ ਵੀ ਕਾਰਨ ਨੇ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਨੇ, ਉੱਥੇ ਸੈਟਲ ਹੋ ਰਹੇ ਨੇ ਅਤੇ ਸੈਟਲ ਹੋਣ ਕਰਕੇ ਉਹ ਕਹਿ ਰਹੇ ਨੇ ਤੁਸੀਂ ਇਸ ਤਣਾਅ ਭਰੀ ਜ਼ਿੰਦਗੀ ਨੂੰ ਖਤਮ ਕਰੋ ਅਤੇ ਤੁਸੀਂ ਸਾਡੇ ਨਾਲ ਰਹੋ। ਇਸ ਸੰਬੰਧ ਵਿੱਚ ਅਸੀਂ ਸੀਨੀਅਰ ਪੁਲਿਸ ਅਧਿਕਾਰੀ ADGP ਜਿਨ੍ਹਾਂ ਦਾ ਤਕਰੀਬਨ 27 ਸਾਲ ਦਾ ਪੁਲਿਸ ਦਾ ਤਜਰਬਾ ਰਿਹਾ, ਰਿਟਾਇਰ ਹੋ ਚੁੱਕੇ ਨੇ, ਗੁਰਦੇਵ ਸਿੰਘ ਸਹੂਤਾ ਨਾਲ ਗੱਲਬਾਤ ਕੀਤੀ ਹੈ। ਉਹ ਜੋ ਗੱਲਬਾਤ ਕੀਤੀ ਹੈ, ਸੁਣੋ ਉਸ ਸਾਰੀ ਇੰਟਰਵਿਊ ਨੂੰ। ਸੋਪਰ ਸਾਹਿਬ, ਪਹਿਲਾਂ ਇਹ ਦੱਸਿਓ ਕਿ ਇਹ ਅੱਜ ਕੱਲ੍ਹ ਰਿਟਾਇਰਮੈਂਟ ਕਿਉਂ ਲੈ ਰਹੇ ਨੇ ਪੁਲਿਸ ਵਾਲੇ, ਕੀ ਉਹਨਾਂ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਨੇ? ਦੇਖੋ, ਇਹ ਜਿਹੜੇ ਤੁਸੀਂ ਗਿਣਤੀ ਜਿਹੜੀ ਕੋਟ ਕੀਤੀ ਹੈ, 315 ਨੇ ਰਿਟਾਇਰਮੈਂਟ ਲਈ ਪਿਛਲੇ ਸਮੇਂ ਦੇ ਵਿੱਚ ਜੀ ਵਲੰਟਰੀ VRS ਲਈ ਹੈ ਜੀ, ਇਹਦੇ ਕਾਰਨ ਕੀ ਇਹਦੇ ਬਾਰੇ ਤੇ ਮੈਨੂੰ ਪਤਾ ਨਹੀਂ, ਕਿਉਂਕਿ ਇਹ ਤੇ ਸਰਕਾਰੀ ਅੰਕੜੇ ਉੱਥੋਂ ਉਹਨਾਂ ਦੇ ਦਫ਼ਤਰ 'ਚ ਪਤਾ ਲੱਗ ਸਕਦਾ ਕਿ ਕੀ ਕਾਰਨਾਂ ਕਰਕੇ ਉਹਨਾਂ ਨੇ ਲਈ ਹੈ। ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਇਸ ਇਸ਼ੂ ਤੇ ਕਿ ਜਿਹੜਾ ਪੁਲਿਸ ਦੀ ਜੌਬ ਆ ਜੀ, ਉਹ ਪੁਲਿਸ ਦੇ ਵਿੱਚ ਆ ਚਾਹੇ ਉਹ ਜੇਲ੍ਹ ਦੇ ਵਿੱਚ ਆ, ਇਹ ਬਹੁਤ ਹੀ ਚੈਲੰਜ ਵਾਲੀ ਹੁੰਦੀ ਹੈ ਜੀ। ਕੋਈ ਪੁਲਿਸ ਅਫਸਰ ਜਿਹੜਾ ਨੌਕਰੀ ਜੁਆਇਨ ਕਰਦਾ ਤੇ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਜਿਹੜੀ ਇੱਥੇ ਜਿਹੜਾ ਕੰਮ ਆ ਉਹ ਚੈਲੰਜ ਵਾਲਾ ਰਹਿਣਾ, ਚੁਣੌਤੀ ਵਾਲਾ ਰਹਿਣਾ ਜੀ ਜੀ। ਚੁਣੌਤੀ ਦਾ ਜਿਹੜਾ ਆਟੋਮੈਟਿਕ ਇੱਕ ਨਤੀਜਾ ਜਿਹੜਾ ਹੈਗਾ ਉਹ ਇਹਦੇ ਸਟ੍ਰੈਸ ਦੇ ਵਿੱਚ ਆ ਜਾਂਦਾ, ਠੀਕ ਆ, ਪਰ ਉਹ ਸਟ੍ਰੈਸ ਕੋਈ ਵਜ੍ਹਾ ਨਹੀਂ ਹੈਗੀ, ਕਿਉਂਕਿ ਇਹਦੇ ਲਈ ਬਕਾਇਦਾ ਟ੍ਰੇਨਿੰਗ ਕੋਈ ਵੀ ਪੁਲਿਸ ਅਫਸਰ ਆ ਜੀ ਉਹਨੂੰ ਇੰਟਰੋਡਿਊਸ ਮਹਿਕਮੇ ਦੇ ਵਿੱਚ ਆਉਣ ਤੋਂ ਪਹਿਲਾਂ ਉਹਦੀ ਬਕਾਇਦਾ ਟ੍ਰੇਨਿੰਗ ਹੁੰਦੀ ਹੈ ਜੀ, ਫਿਜ਼ੀਕਲ ਟ੍ਰੇਨਿੰਗ ਆ, ਇੰਡੋ ਟ੍ਰੇਨਿੰਗ ਆ, ਜਿੱਥੇ ਉਹਨੂੰ ਹਰੇਕ ਤਰੀਕੇ ਨਾਲ ਆਉਣ ਵਾਲੇ ਜਿਹੜੀਆਂ ਚੁਣੌਤੀਆਂ ਉਹਦੇ ਬਾਕੀ ਜਿਹੜੀ ਨੌਕਰੀ ਦੌਰਾਨ ਚੁਣੌਤੀਆਂ ਉਹਦੇ ਲਈ ਉਹਨੂੰ ਤਿਆਰ ਕੀਤਾ ਜਾਂਦਾ ਜੀ ਜੀ। ਤੋ ਇਸ ਕਰਕੇ ਜਿਹੜੇ ਵੀ ਅਫਸਰ ਜਿਹੜੇ ਨੌਕਰੀਆਂ ਛੱਡ ਰਹੇ ਇਹ ਤੇ ਇਹਨਾਂ ਨੂੰ ਵੀ ਪਤਾ ਹੋਊਗਾ, ਪਰ ਇਹ ਕੋਈ ਏਡੀ ਵਜ੍ਹਾ ਨਹੀਂ ਹੈਗੀ, ਕਿਉਂਕਿ ਜਦੋਂ ਤੁਸੀਂ ਇਸ ਮਹਿਕਮੇ ਦੇ ਵਿੱਚ ਆ ਗਏ ਦੇ ਤੇ ਫਿਰ ਤੁਹਾਨੂੰ ਚੁਣੌਤੀਆਂ ਨਾਲ ਨਜਿੱਠਣਾ ਜਾਂ ਸਟ੍ਰੈਸ ਨਾਲ ਨਜਿੱਠਣਾ ਆਉਣਾ ਚਾਹੀਦਾ। ਸੋਤਾ ਸਾਹਿਬ, ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਵੀ ਇਹ ਰਿਟਾਇਰਮੈਂਟ ਲਈ ਹੈ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਨਿੱਜੀ ਕਾਰਨ ਨੇ, ਉਹ ਅਸਲ ਕਾਰਨ ਤਾਂ ਨਹੀਂ ਦੱਸਦੇ ਹੈ, ਪਰ
ਇਸ ਸੰਬੰਧ ਵਿੱਚ ਕਈ ਅਧਿਕਾਰੀਆਂ ਨੇ ਆਪਣਾ ਨਾਮ ਨਾ ਦੱਸਣ ਦੇ ਸ਼ਰਤ ਦੇ ਉੱਤੇ ਗੱਲ ਕਹੀ ਹੈ ਕਿ ਅੱਜ ਕੱਲ ਹਾਲਾਤ ਕੁਛ ਜ਼ਿਆਦਾ ਵਿਗੜ ਗਏ ਨੇ ਤੇ ਪੁਲਿਸ ਵਾਲਿਆਂ ਦੇ ਉੱਤੇ ਬਹੁਤ ਜ਼ਿਆਦਾ ਨਿਗਾਹ ਰੱਖੀ ਜਾਂਦੀ ਹੈ ਤੇ ਉਹ ਬੜੀ ਮਿਹਨਤ ਕਰਦੇ ਨੇ, ਅਪਰਾਧੀ ਤੱਕ ਪਹੁੰਚ ਵੀ ਜਾਂਦੇ ਨੇ, ਫੜ ਵੀ ਲੈਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਜਾਂ ਮੀਡੀਆ ਦੀ ਨਜ਼ਰ ਦੇ ਵਿੱਚ ਆ ਜਾਂਦੇ ਨੇ ਤਾਂ ਉਹਦੇ ਵਿੱਚ ਕਈ ਕਮੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਤੇ ਇਹ ਜਿਹੜੇ ਅਧਿਕਾਰ ਜਿਹੜੇ ਅਪਰਾਧੀ ਹੁੰਦੇ ਨੇ ਬਚ ਕੇ ਚਲੇ ਜਾਂਦੇ ਨੇ ਤੇ ਪੁਲਿਸ ਦੀ ਜਿਹੜੀ ਮਿਹਨਤ ਹੁੰਦੀ ਹੈ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਤੇ ਇਸ ਗੱਲ ਕਰਕੇ ਅੱਜ ਕੱਲ੍ਹ ਥਾਂ ਥਾਂ ਤੇ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਨੇ ਵੀ ਜਿਹੜੀ ਵਿਜੀਲੈਂਸ ਜ਼ਿਆਦਾ ਵਧਾ ਦਿੱਤੀ ਹੈ ਤੇ ਪੁਲਿਸ ਵਾਲੇ ਦੇ ਉੱਤੇ ਸਟ੍ਰੈਸ ਜ਼ਿਆਦਾ ਵੱਧ ਗਿਆ, ਕੀ ਇਹ ਵੀ ਕਾਰਨ ਹੋ ਸਕਦਾ ਹੈ? ਨਹੀਂ, ਇਹ ਕਾਰਨ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਤੁਹਾਨੂੰ ਟ੍ਰੇਨਡ ਕੀਤਾ ਗਿਆ ਇਸ ਕੰਮ ਲਈ, ਜੀ ਜੀ ਤੁਸੀਂ ਉਹ ਚੀਜ਼ ਐਕਸੈਪਟ ਕੀਤੀ ਹੈ ਕਿ ਮੈਂ ਇਹ ਚੈਲੰਜ ਲਿਆ ਕਰੂੰਗਾ, ਮੈਂ ਮਹਿਕਮੇ ਦੇ ਵਿੱਚ ਆ ਕੇ ਪਤਾ ਵੀ ਇਹ ਚੈਲੰਜ ਲੈਣਾ ਹੈ, ਜੀ ਜੀ ਚਾਹੇ ਲਾ ਐਂਡ ਆਰਡਰ ਦੀ ਕਿਸੇ ਵੀ ਤਰੀਕੇ ਦੀ ਸਿਚੁਏਸ਼ਨ ਆ, ਚਾਹੇ ਕਿਸੇ ਵੀ ਤਰੀਕੇ ਦੇ ਮਾੜੇ ਐਲੀਮੈਂਟ ਨਾਲ ਡੀਲ ਕਰਨਾ, ਉਹ ਡੀਲ ਕਰਨ ਦੇ ਸਾਰਾ ਕੁਛ ਪਤਾ ਹੁੰਦਾ ਵੀ ਇਹਨਾਂ ਨਾਲ ਕਿਸ ਤਰ੍ਹਾਂ ਡੀਲ ਕੀਤਾ ਜਾਣਾ। ਜੀ ਜੀ ਉਹ ਜਿਹੜਾ ਹੈਗਾ ਉਹਦੇ ਤੋਂ ਇਹ ਘਬਰਾਉਣ ਦੀ ਤਾਂ ਗੱਲ ਨਹੀਂ ਹੈਗੀ, ਕਿਉਂਕਿ ਮਹਿਕਮਾ ਦੇ ਵਿੱਚ ਜੇ ਕੋਈ 300 ਬੰਦਾ ਜੇ ਫਰਜ਼ ਕਰੋ ਇਹ ਸਾਰੇ ਇਸ ਕਾਰਨ ਨਹੀਂ ਲੈ ਕੇ ਗਏ ਹੋਣੇ, ਮੈਨੂੰ ਨਹੀਂ ਲੱਗਦਾ ਕਿ ਸਾਰੇ ਜਿਹੜੇ VRS ਸਾਰੇ ਇਸ ਕਾਰਨ ਲੈ ਕੇ ਗਏ। ਜਿਹੜਾ ਮੈਂ ਨੀ ਇਹ ਮਹਿਸੂਸ ਮਤਲਬ ਜਿਹੜਾ ਜੋ ਮੇਰਾ ਤਜਰਬਾ ਇਹ ਕਹਿੰਦਾ ਕਿ ਇਹ ਕਾਰਨ ਨੀ, ਕੋਈ ਨਿੱਜੀ ਕਾਰਨ, ਵਾਕਿਆ ਕਈਆਂ ਦੇ ਨਿੱਜੀ ਕਾਰਨ, ਕਿਸੇ ਦਾ ਹੈਲਥ ਇਸ਼ੂ ਹੋ ਸਕਦਾ, ਕਿਸੇ ਦੀ ਸਿਹਤ ਦਾ ਕਾਰਨ ਹੋ ਸਕਦਾ, ਕਿਸੇ ਦੀ ਕੋਈ ਫੈਮਿਲੀ ਸਮੱਸਿਆ ਹੋ ਸਕਦੀ ਹੈ। ਜੀ ਜੀ ਹੁਣ ਖਾਸ ਕਰਕੇ ਅੱਜ ਕੱਲ ਜਿਵੇਂ ਬੱਚੇ ਬਾਹਰ ਚਲੇ ਗਏ, ਬੱਚੇ ਕੰਪੈਲ ਕਰਦੇ ਕਿ ਪਾਪਾ ਨੌਕਰੀ ਛੱਡੋ ਉੱਥੇ ਆ ਜਾਓ ਸਾਡੇ ਕੋਲ, ਇੱਥੇ ਕੀ ਕਰਨ ਦਾ? ਸੋਹਤੋ ਸਾਹਿਬ ਇੱਕ ਅਧਿਕਾਰੀ ਨੇ ਇਹ ਗੱਲ ਕਹੀ ਵੀ ਹੈ ਜੀ, ਕਿ ਸਾਡੇ ਬੱਚੇ ਹੁਣ ਸੈਟਲ ਹੋ ਗਏ ਨੇ, ਵਿਦੇਸ਼ਾਂ ਵਿੱਚ ਚਲੇ ਗਏ ਨੇ, ਉਹ ਇਹ ਜਾਂ ਤਾਂ ਅਸੀਂ ਉਹਨਾਂ ਦੇ ਨਾਲ ਰਹਿਣ ਵਾਸਤੇ ਚਲੇ ਜਾਂਦੇ ਹਾਂ ਜਾਂ ਅਸੀਂ ਉਹਨਾਂ ਵਾਸਤੇ ਇਹ ਹੈ ਵੀ ਪੱਕੇ ਤੌਰ ਤੇ ਰਹਿਣ ਵਾਸਤੇ ਜਾਂ ਉਹਨਾਂ ਕੋਲ ਵੈਸੇ ਘੁੰਮਣ ਫਿਰਨ ਵਾਸਤੇ ਚਲੇ ਜਾਂਦੇ ਹਾਂ, ਵੀ ਇਸ ਗੱਲ ਕਰਕੇ ਵੀ ਇਹ ਰਿਟਾਇਰਮੈਂਟ ਲਈ ਜਾ ਰਹੀ ਹੈ? ਲੈ ਲੈਂਦੇ ਜੀ, ਉਹ ਬਾਅਦ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਕੁਛ ਉੱਥੇ ਲਿਖ ਕੇ ਜਿਹੜਾ ਦੇਣਾ ਹੁੰਦਾ, ਕੋਈ ਐਕਸਕਿਊਜ਼ ਤੇ ਦੇਣਾ ਪੈਂਦਾ ਕਿ ਮੈਂ ਇਸ ਕਰਕੇ ਨੌਕਰੀ ਛੱਡ ਰਿਹਾ। ਜੀ ਜੀ ਉਹ ਕਾਰਨ ਦੱਸਦੇ ਕੁਛ ਹੋਰ ਆ, ਕਿਉਂਕਿ ਉਸ ਗਰਾਊਂਡ ਦੇ ਉੱਤੇ ਕਈ ਵਾਰ ਮਹਿਕਮਾ ਜਿਹੜਾ ਇਸ ਗੱਲ ਲਈ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ ਕਿ ਤੈਨੂੰ ਅਸੀਂ ਇਹਦਾ ਤੇਰਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ, ਜੀ ਜੀ ਰਿਟਾਇਰਮੈਂਟ ਜਿਹੜੀ ਉਹਨੂੰ ਅਪਰੂਵਲ ਦੇ ਦਿੱਤੀ ਜਾਵੇ। ਜੀ ਜੀ ਨਹੀਂ ਉਹ ਮਤਲਬ ਮੈਂ ਉਹੀ ਗੱਲ ਕਰ ਰਿਹਾ ਕਿ ਉਹ ਲਿਖਦੇ ਤਾਂ ਇਹੀ ਹੈ ਵੀ ਸਾਡਾ ਨਿੱਜੀ ਕਾਰਨ ਹੈਗੇ ਆ, ਵੀ ਉਹ ਇਹ ਕਾਰਨ ਨਹੀਂ ਦੱਸਦੇ, ਪਰ ਉਹਦੇ ਵਿੱਚ ਇਹ ਹੈ ਵੀ ਅੱਜ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਇੰਟਰਵਿਊ ਆਈ ਹੈ, ਉਸ ਦੇ ਵਿੱਚ ਇਹ ਗੱਲਾਂ ਦੱਸੀਆਂ ਗਈਆਂ ਨੇ ਵੀ ਇਹ ਵੀ ਇੱਕ ਕਾਰਨ ਹੋ ਸਕਦੇ ਆ, ਕਾਰਨ ਹੋ ਸਕਦਾ। ਦੂਸਰੀ ਗੱਲ ਜਿਹੜੀ ਇਹ ਬੰਦੇ ਜਿਹੜੇ ਰਿਟਾਇਰ ਹੋਏ ਆ ਜੀ, ਇਹਨਾਂ ਚੋਂ ਅਸੀਂ ਦੇਖਣਾ ਕਿ ਡਾਇਰੈਕਟਲੀ ਜਿਹੜੇ ਆ ਜਿਨ੍ਹਾਂ ਦਾ ਲਾ ਐਂਡ ਆਰਡਰ ਜਿੱਥੇ ਸਮਝਦੇ ਆ ਕਿ ਜ਼ਿਆਦਾ ਚੈਲੰਜ ਆ, ਵਾਕਿਆ ਇਹ ਬੰਦੇ ਸਾਰੇ ਉਸ ਚੈਲੰਜ ਦੇ ਵਿੱਚੋਂ ਨਿਕਲ ਕੇ ਗਏ, ਉਹਨਾਂ ਨੂੰ ਉੱਥੇ ਚੁਣੌਤੀ ਸੀ ਜਾਂ ਕਿਤੇ ਕਿਸੇ ਕੋਈ ਦਫ਼ਤਰ 'ਚ ਲੱਗਾ ਸੀ ਜਾਂ ਕਿਤੇ ਛੋਟੇ ਮੋਟੀ ਡਿਊਟੀ ਕਰ ਰਿਹਾ ਸੀ, ਉਨੀ ਹਾਰਡ ਡਿਊਟੀ ਨਹੀਂ ਸੀ ਕਰ ਰਿਹਾ। ਜੀ ਜੀ ਇੰਨੀ ਹਾਰਡ ਡਿਊਟੀ ਹੁਣ SHO ਆ, ਉਹਦੀ ਬੜੀ ਹਾਰਡ ਡਿਊਟੀ ਹੈ, ਹੋਰ ਫੀਲਡ ਦੇ ਵਿੱਚ ਹੁਣ ਜੇਲ੍ਹਾਂ ਦੇ ਵਿੱਚ ਰੀਲੀ ਉੱਥੇ ਬੜੀ ਡਿਫੀਕਲਟ ਜੋਬ ਹੈਗੀ ਹੈ। ਜੀ 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 ਦੇਖਣਾ ਇਹ ਆ ਕਿ ਜੇ 315 ਬੰਦੇ ਰਿਟਾਇਰ ਅਫਸਰ ਰਿਟਾਇਰਮੈਂਟ ਲੈ ਗਏ ਆ, ਉਹਨਾਂ ਦੇ ਵਿੱਚੋਂ ਕਿੰਨੇ ਕੁ ਬੰਦੇ ਸੀ ਜਿਹੜੇ ਰੀਲੀ ਇਹੋ ਜਿਹਾ ਚੈਲੰਜ ਫੇਸ ਕਰ ਰਹੇ ਸੀ? ਪਰ ਸੋਹਤਾ ਸਾਹਿਬ ਇੱਕ ਹੋਰ ਵੀ ਗੱਲ ਹੈ ਕਿ ਜਿਹਨਾਂ ਜੋ ਰਿਟਾਇਰਮੈਂਟ ਲਈ ਉਹਨਾਂ ਦੇ ਵਿੱਚੋਂ ਸਿਰਫ ਇੱਕ ਉੱਚੇ ਅਧਿਕਾਰੀ ਸੀਗਾ ਜਿਹੜਾ DSP ਰੈਂਕ ਤੇ ਸੀਗਾ, ਤੇ ਜਿਹੜੇ ਇਹ ਜਿਹਨਾਂ ਨੇ ਰਿਟਾਇਰਮੈਂਟ ਲਈ ਹੈ ਉਹਨਾਂ ਵਿੱਚੋਂ 15 ਤਾਂ ਇੰਸਪੈਕਟਰ ਰੈਂਕ ਦੇ ਸੀਗੇ, 130 ਸਬ ਇੰਸਪੈਕਟਰ ਦੇ ਸੀਗੇ
ਤੇ 120 ਜਿਹੜੇ ਹੈਗੇ ਸਹਾਇਕ ਸਬ ਇੰਸਪੈਕਟਰ ਸੀਗੇ। ਕੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਹੇਠਲੇ ਮੁਲਾਜ਼ਮ ਨੇ, ਜਿਹੜੇ ਇਸ ਪੱਧਰ ਦੇ ਅਧਿਕਾਰੀ ਨੇ, ਉਹਨਾਂ ਉੱਤੇ ਜ਼ਿਆਦਾ ਸਟ੍ਰੈਸ ਹੁੰਦਾ? ਨਹੀਂ, ਇਹ ਨਹੀਂ ਹੈਗਾ। ਕਈ ਵਾਰ ਉਹ ਜਿਹੜਾ ਛੋਟਾ ਮੁਲਾਜ਼ਮ ਮਹਿਸੂਸ ਕਰਦਾ ਕਿ ਮੇਰੇ ਤੇ ਵੱਧ ਆ, ਜੀ, ਜਦੋਂ ਕਿ ਸੀਨੀਅਰ ਅਫਸਰਾਂ ਤੇ ਉਸ ਤੋਂ ਕਿਤੇ ਵੱਧ ਹੁੰਦੇ ਪ੍ਰੈਸ਼ਰ, ਪਰ ਉਹਨਾਂ ਨੂੰ ਉਹ ਹੈਂਡਲ ਕਰਨੇ ਹੁੰਦੇ ਸਾਰੇ ਪ੍ਰੈਸ਼ਰ। ਜੀ, ਜਿਹੜੀ ਇਹ ਜੌਬ ਆ ਇਸ ਤਰੀਕੇ ਦੀ ਆ ਕਿ ਤੁਹਾਡੇ ਤੇ ਪ੍ਰੈਸ਼ਰ ਆਇਆ, ਤੁਹਾਨੂੰ ਪ੍ਰੈਸ਼ਰ ਹੈਂਡਲ ਕਰਨਾ ਆਉਣਾ ਚਾਹੀਦਾ। ਜੀ, ਜਦੋਂ ਜਦੋਂ ਰਿਕਰੂਟਮੈਂਟ ਹੁੰਦੀ ਹੈ ਕਿਸੇ ਵੀ ਲੈਵਲ ਤੇ, ਬਕਾਇਦਾ ਟ੍ਰੇਨਿੰਗ ਹੁੰਦੀ ਹੈ, ਉਸ ਤੋਂ ਬਾਅਦ ਬਹੁਤ ਸਾਰੇ ਰਿਫਰੈਸ਼ਰ ਕੋਰਸ ਕਰਵਾਏ ਜਾਂਦੇ ਅਲੱਗ ਅਲੱਗ, ਤਾਂ ਜੋ ਉਹਨਾਂ ਨੂੰ ਮੈਂਟਲੀ ਫਿਜੀਕਲੀ ਇਸ ਕੰਮ ਲਈ ਤਿਆਰ ਰੱਖਿਆ ਜਾਵੇ ਕਿ ਕਿਸੇ ਵੀ ਕਿਸਮ ਦੀ ਕੋਈ ਚੁਣੌਤੀ ਆਉਂਦੀ ਹੈ ਤੇ ਘਬਰਾਉਣ ਨਾ ਤੇ ਤਕੜੇ ਹੋ ਕੇ ਉਹਦਾ ਡਟ ਕੇ ਮੁਕਾਬਲਾ ਕਰਨ। ਜਿਹੜਾ ਇਹ ਚੀਜ਼ ਦੀ ਜਿਹੜੀ ਹੈ ਨਾ, ਇੱਕ ਦੂਸਰੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ 4 ਵਿੰਗ, ਜੀ, ਹੁਣ ਇਹ ਹੈ ਕਿ ਕਿਹੜੇ ਵਿੰਗ ਨੂੰ ਜ਼ਿਆਦਾ ਚੈਲੰਜਸ ਹੈਗੇ, ਉਹ ਜਿਹੜੇ ਡਿਸਟ੍ਰਿਕਟ ਪੁਲਿਸ ਦੇ ਵਿੱਚ ਕੰਮ ਕਰਦੇ ਸਭ ਤੋਂ ਵੱਧ ਉਹਨਾਂ ਨੂੰ ਜ਼ਿਆਦਾ ਚੈਲੰਜ ਆ। ਜੀ, ਜਿਵੇਂ ਆਰਮਡ ਪੁਲਿਸ ਦੇ ਵਿੱਚ ਹੈ, ਉੱਥੇ ਥੋੜਾ ਜਿਹਾ ਉਸ ਤਰੀਕੇ ਦੀ ਜੌਬ ਨਹੀਂ ਹੁੰਦੀ ਕਿ ਡਾਇਰੈਕਟ ਤੁਹਾਡਾ ਹੈਗਾ, ਉਹ ਲਾਅ ਐਂਡ ਆਰਡਰ ਨਾਲ ਹੋਰ ਤਰੀਕੇ ਨਾਲ ਡਿਊਟੀ ਕਰਦੇ ਆ। ਇਸੇ ਤਰ੍ਹਾਂ ਇੰਟੈਲੀਜੈਂਸ ਵਿੰਗ ਆ, ਦੂਜੇ ਵਿੰਗ ਆ, ਕਈ ਥਾਵਾਂ ਤੇ ਚੈਲੰਜ ਵਾਕਿਆ ਕਈ ਜੌਬ। ਹੁਣ ਜੇਲ੍ਹ ਦੀ ਤੁਸੀਂ ਗੱਲ ਕੀਤੀ, ਕਿਉਂਕਿ ਅਫਸਰ ਜਿਹੜਾ ਜੇਲ੍ਹ ਦੇ ਵਿੱਚੋਂ ਇਸ ਕਰਕੇ ਵਲੰਟਰੀ ਰਿਟਾਇਰਮੈਂਟ ਲੈ ਰਿਹਾ, ਸਟ੍ਰੈਸ ਆ, ਕੋ ਉੱਥੇ ਜੌਬ ਹੈਗੀ ਰੀਲੀ, ਉਹ ਡਿਫਿਕਲਟ ਜੌਬ ਆ, ਕਿਉਂਕਿ ਉੱਥੇ ਸਾਰੇ ਉਹਨਾਂ ਨੇ ਜਿੰਨੇ ਵੀ ਅੰਦਰ ਬੰਦੇ ਆ ਉਹਨਾਂ ਦਾ ਦੇ ਨਾਲ ਡੀਲ ਕਰ ਰਹੇ, ਜਿਹੜੇ ਜਾਂ ਤੇ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਮਤਲਬ ਕਿਸ ਤਰੀਕੇ ਨਾਲ ਉਹ ਅੰਦਰ ਗਏ, ਉਹ ਵੱਖਰੀ ਇਸ਼ੂ ਹੈਗਾ। ਸੋ ਇਹ ਵੀ ਦੇਖਣਾ ਪੈਣਾ ਕਿ ਜਿਹੜੇ ਬੰਦੇ 315 ਰਿਟਾਇਰ ਹੋ ਕੇ ਗਏ ਆ, ਕਿ ਕਿਹੜੇ ਵਿੰਗ ਦੇ ਵਿੱਚ ਕਿਹੜੀ ਜੌਬ ਦੇ ਉੱਤੇ ਕਿਹੜਾ ਕੰਮ ਕਰ ਰਹੇ ਸੀ। ਜੀ, ਇਹ ਵੀ ਦੇਖਣ ਦੀ ਜ਼ਰੂਰਤ ਆ। ਸੋਤਾ ਸਾਹਿਬ, ਤੁਸੀਂ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ ਤੇ ਸਾਡੇ ਦਰਸ਼ਕਾਂ ਨੂੰ ਵੀ ਇਹ ਗੱਲ ਪਤਾ ਲੱਗ ਗਈ ਹੋਊਗੀ ਕਿ ਜਿਹੜੀ ਪੁਲਿਸ ਦੀ ਨੌਕਰੀ ਹੈ ਇਹ ਹੁੰਦੀ ਚੁਣੌਤੀਪੂਰਨ ਹੈ, 24 ਘੰਟੇ ਕਰਨੀ ਪੈਂਦੀ ਹੈ, ਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਵਾਸਤੇ ਲਗਾਤਾਰ ਉਹਨਾਂ ਦੀ ਤਿਆਰੀ ਵੀ ਕੀਤੀ ਜਾਂਦੀ ਹੈ, ਉਹੋ ਜਿਹੇ ਕੋਰਸ ਵੀ ਕਰਾਏ ਜਾਂਦੇ ਹੈ, ਤੇ ਇਹਦੇ ਨਾਲ ਵੀ ਕਾਫੀ ਤਣਾਅ ਵੀ ਹੈ, ਕੁਛ ਤਣਾਅ ਸਹਿਣ ਕਰ ਲੈਂਦੇ ਹਨ ਤੇ ਕੁਛ ਨਹੀਂ ਕਰ ਸਕਦੇ ਹੈਗੇ, ਤੇ ਉਹਨਾਂ ਵੱਲੋਂ ਸ਼ਾਂਤਮਈ ਜ਼ਿੰਦਗੀ ਬਤੀਤ ਕਰਨ ਵਾਸਤੇ ਵੀ ਰਿਟਾਇਰਮੈਂਟ ਲਈ ਜਾ ਸਕਦੀ ਹੈ। ਸ਼ੁਕਰੀਆ ਜੀ।